संघनी सहेली वालों इत्थे ये औरतों के संबंधी जो आपां नूं महावारी आंदी है लड़कियों नूं पीरियड्स आउंदे ने जो भी तुसीं कुछ कहने हो उहदे संबंध विच असीं तुहानूं दो मिनट जानकारी देना चाहते हैं। डेट महावारी बारे आपां लड़कियों नूं सारिआं नूं पता की आंदी है सानूं, ठीक है, उहदे विच असीं किवें किवें अपनी साफ सफाई का ध्यान रखना सानूं सारिआं नूं बेहतर पता है, पर किते ना किते असीं जिवें कपड़ा लैंदे आ या होर आपां जिहड़ियां चीज़ां ने यूज़ करदे आ पर कपड़ा यूज़ नहीं करना, इस्तेमाल नहीं करना, उसकी जगह पर असी पैड इस्तेमाल करना है जिहड़ा कि तुहानूं असी अज मुफ्त दे विच दे के जावांगे। यह जिहड़ा उपराला संघनी सहेली वल्लों किया जा रहा है जिहड़े तुहानूं असी अज पैड दे के जावांगे। Storybox Audio. 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 ਲੜਕੀਆਂ ਦੀ ਮਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਲੜਕੇ ਨੂੰ ਸਮਝਾਈਏ ਕਿ ਵੀ ਡੇਟ ਮਹਾਵਾਰੀ ਕੀ ਹੁੰਦੀ ਹੈ, ਕਿੱਥੋਂ ਆਉਂਦੀ ਹੈ ਅਤੇ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ ਸਾਨੂੰ, ਠੀਕ ਹੈ। ਇਸ ਚੀਜ਼ ਕਰਕੇ ਤੁਹਾਨੂੰ ਅਸੀਂ ਅੱਜ ਪੈਡ ਦੇ ਕੇ ਜਾ ਰਹੇ ਹਾਂ। ਕੱਪੜਾ ਇਸਤੇਮਾਲ ਨਹੀਂ ਕਰਨਾ, ਆਪਾਂ ਜਿਹੜਾ ਲੜਕੀਆਂ ਕੱਪੜਾ ਇਸਤੇਮਾਲ ਕਰਦੀਆਂ ਡੇਟ ਮਹੀਨੇ ਦੇ ਵਿੱਚ ਉਹਦੇ ਨਾਲ ਸਾਨੂੰ 100 ਬਿਮਾਰੀਆਂ ਲੱਗਦੀਆਂ ਨੇ, ਜਿਵੇਂ ਕਿ ਅੱਜ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਵੀ ਕਿਸ ਤਰੀਕੇ ਦੀਆਂ ਬਿਮਾਰੀਆਂ ਨੇ। ਬੱਚੇਦਾਨੀ ਦਾ ਕੈਂਸਰ ਹੋ ਗਿਆ, ਸਾਨੂੰ ਹਰ ਇੱਕ 10 ਦੇ ਵਿੱਚੋਂ 4 ਲੜਕੀਆਂ ਨੂੰ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਹੁੰਦਾ ਹੀ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚਾਅ ਵਾਸਤੇ, ਇਨਫੈਕਸ਼ਨ ਦੇ ਬਚਾਅ ਵਾਸਤੇ, ਚਿੱਟਾ ਪਾਣੀ ਪੈਂਦਾ ਲੜਕੀਆਂ ਨੂੰ, ਉਹ ਇਹਨਾਂ ਚੀਜ਼ਾਂ ਦੇ ਬਚਾਅ ਵਾਸਤੇ ਸਾਨੂੰ ਆਪਣੇ ਨਿੱਜੀ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਉਹ ਸਾਡੇ ਕਈ ਤਰੀਕੇ ਨਾਲ ਸਾਨੂੰ ਇਨਫੈਕਸ਼ਨ ਹੋ ਸਕਦੀ ਹੈ। ਕੱਪੜਾ ਜ਼ਿਆਦਾ ਦੇਰ ਤੱਕ ਇਸਤੇਮਾਲ ਕਰਨਾ, ਬਾਰ ਬਾਰ ਉਹਨੂੰ ਇਸਤੇਮਾਲ ਕਰਨਾ, ਉਹਨੂੰ ਚੰਗੀ ਤਰ੍ਹਾਂ ਧੋਣਾ ਨਾ, ਠੀਕ ਹੈ। ਸੋ ਇਹਨਾਂ ਚੀਜ਼ਾਂ ਕਰਕੇ, ਇਹਨਾਂ ਦੇ ਚੀਜ਼ਾਂ ਦੇ ਬਚਾਅ ਕਰਕੇ ਤੁਹਾਨੂੰ ਅਸੀਂ ਅੱਜ ਪੈਡ ਦੇ ਕੇ ਜਾਵਾਂਗੇ। ਸੋ ਤੁਸੀਂ ਉਹੀ ਇਸਤੇਮਾਲ ਕਰਨੇ ਨੇ, ਸਾਫ਼ ਸੁਥਰੇ ਹੱਥਾਂ ਦੇ ਨਾਲ ਧੋ ਕੇ, ਪਹਿਲਾਂ ਵੀ ਹੱਥ ਧੋਵੋ ਅਤੇ ਬਾਅਦ 'ਚ ਵੀ ਧੋਵੋ ਇਹਨਾਂ ਨੂੰ ਵਰਤਣ ਦੇ ਲਈ, ਠੀਕ ਹੈ ਜੀ। ਗਰੇਵਾਲ ਸਾਹਿਬ, ਇਹ ਸਾਂਝ ਗਲੋਬਲ ਅਤੇ ਸੰਘਣੀ ਸਹੇਲੀ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ। ਜਿਹੜੀ ਪਰਸਨਲ ਹਾਈਜੀਨ ਹੈ, ਇਹ ਸਾਡੇ ਪਿੰਡਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਨੈਗਲੈਕਟਿਡ ਹੈਗਾ। ਪਾਰਟੀਕੁਲਰਲੀ ਜਿਹੜੇ ਔਰਤਾਂ ਸੰਬੰਧੀ ਪਰਸਨਲ ਹਾਈਜੀਨ ਦਾ ਮਾਮਲਾ ਹੈਗਾ, ਇਹਦੇ ਵਿੱਚ ਤਾਂ ਬਿਲਕੁਲ ਜਿਹੜੀ ਸੰਗ ਸਾਡੇ ਇੱਥੇ ਬਹੁਤ ਜ਼ਿਆਦਾ ਲੋਕ ਸ਼ਰਮਾਉਂਦੇ ਨੇ। ਇਹ ਜਿਹੜਾ ਤੁਸੀਂ ਉੱਦਮ ਕੀਤਾ, ਇਹ ਬਹੁਤ ਹੀ ਸਲਾਹਣਯੋਗ ਹੈਗਾ। ਇਹਦੇ ਨਾਲ ਜਿਹੜੇ ਬੜੇ ਭਿਆਨਕ ਰੋਗ ਲੱਗਦੇ ਹੈਗੇ ਆ, ਜਿਹੜੇ ਗੁਪਤ ਅੰਗਾਂ ਦੇ ਹੁੰਦੇ ਆ, ਅਤੇ ਲੇਡੀਜ਼ ਨੂੰ ਤੁਸੀਂ ਇਸ ਬਾਰੇ ਜਾਗਰੂਕ ਕੀਤਾ, ਇਹ ਬਹੁਤ ਹੀ ਵਧੀਆ ਹੈਗਾ। ਇਹਦੇ ਨਾਲ ਕੀ ਹੈ ਬਈ, ਆਪ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਵਧੂਗੀ, ਅਤੇ ਆਪਣੀ ਜਿਹੜੀ ਸਿਹਤ ਦੇ ਉੱਪਰ ਵੱਧ ਤੋਂ ਵੱਧ ਜਿਹੜੇ ਫੇਕ ਡਾਕਟਰਸ ਨੇ ਉਹਨਾਂ ਦੇ ਚੁੰਗਲ 'ਚੋਂ ਫਸੇ ਹੋਏ ਨੇ, ਇਹ ਉਹਨਾਂ ਦੇ ਵਿੱਚੋਂ ਵੀ ਨਿਕਲ ਜਾਣਗੇ। ਇੱਕ ਬਹੁਤ ਵੱਡਾ ਜਿਹੜਾ ਤੁਹਾਡਾ ਇਹ ਉਪਰਾਲਾ, ਇਹ ਉਸ ਨੈਕਸਸ ਨੂੰ ਵੀ ਤੋੜ ਰਿਹਾ ਹੈਗਾ।
ਤੇ ਇਹਦੇ ਲਈ ਹੋਰ ਵੀ ਜਿੱਦਾਂ ਕਿ ਜਿੰਨਾ ਕੀਤਾ ਜਾਵੇ ਹੋਰ ਪਿੰਡਾਂ ਦੇ ਵਿੱਚ ਵੀ ਜਾ ਕੇ ਸਮਾਗਮ ਕਰਨੇ ਚਾਹੀਦੇ ਨੇ ਅਤੇ ਇਹਦੇ ਬਹੁਤ ਅਵੇਅਰਨੈਸ ਦੀ ਲੋੜ ਹੈ। ਸਾਡਾ ਪੂਰੇ ਦਾ ਪੂਰਾ ਛਤਰਾਣਾ ਜਿਹੜਾ ਹਲਕਾ ਹੈਗਾ ਇਹ ਬਿਲਕੁਲ ਹੀ ਬੈਕਵਰਡ ਹੈਗਾ ਹਾਈਜੀਨ ਦੇ ਪੱਖੋਂ ਐਜੂਕੇਸ਼ਨ ਦੇ ਪੱਖੋਂ। ਇਹ ਬਹੁਤ ਵਧੀਆ ਜਿਹੜਾ ਸੰਗਣੀ ਸਹੇਲੀ ਅਤੇ ਸਾਂਝ ਗਲੋਬਲ ਨੇ ਲਗਾਇਆ, ਮੈਂ ਇਹਦੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ। ਥੈਂਕ ਯੂ ਵੈਰੀ ਮੱਚ। ਸੰਗਣੀ ਸਹੇਲੀ ਵੱਲੋਂ ਹਰ ਸ਼ਹਿਰ ਹਰ ਪਿੰਡ ਵਿੱਚ ਫ੍ਰੀ ਸੈਨੇਟਰੀ ਨੈਪਕਿਨ ਦਾ ਜਿਹੜਾ ਪ੍ਰੋਜੈਕਟ ਚਲਾਇਆ ਜਾ ਰਿਹਾ। ਇਸ ਪ੍ਰੋਜੈਕਟ ਦੇ ਵਿੱਚ ਪਹਿਲਾਂ ਔਰਤਾਂ ਨੂੰ ਅਵੇਅਰ ਕੀਤਾ ਜਾਂਦਾ ਹੈ, ਔਰਤਾਂ ਨੂੰ ਪਰਸਨਲ ਹਾਈਜੀਨ ਬਾਰੇ ਦੱਸਿਆ ਜਾਂਦਾ ਹੈ। ਉਸ ਤੋਂ ਬਾਅਦ ਇਸ ਸੰਸਥਾ ਵੱਲੋਂ ਜੋ ਉੱਥੇ ਦੀਆਂ ਮੌਜੂਦਾ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸੈਨੇਟਰੀ ਨੈਪਕਿਨ ਜਿਹੜੇ ਨੇ ਉਹ ਵੰਡੇ ਜਾਂਦੇ ਨੇ। ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜਿਸ ਜਗ੍ਹਾ ਵੀ ਇਹ ਸੈਨੇਟਰੀ ਨੈਪਕਿਨ ਦਿੱਤੇ ਜਾਣ ਉੱਥੋਂ ਦੀਆਂ ਔਰਤਾਂ ਇੰਨੀਆਂ ਕੁ ਜਾਗਰੂਕ ਹੋ ਜਾਣ ਵੀ ਜਾਂ ਤਾਂ ਉਹ ਖੁਦ ਅਗਲੀ ਵਾਰ ਤੋਂ ਸੈਨੇਟਰੀ ਨੈਪਕਿਨ ਪਰਚੇਜ ਕਰ ਸਕਣ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਹਿੱਸਾ ਬਣਾ ਸਕਣ। ਸੈਨੇਟਰੀ ਨੈਪਕਿਨ ਬਾਰੇ ਵਿਸ਼ੇਸ਼ ਰੂਪ ਜਿਹੜੀ ਜਾਣਕਾਰੀ ਮੈਡਮ ਰੁਪਿੰਦਰ ਕੌਰ ਵੱਲੋਂ ਦਿੱਤੀ ਜਾਂਦੀ ਹੈ ਅਤੇ ਅੱਜ ਇਸ ਪਿੰਡ ਦੇ ਵਿੱਚ ਸਾਂਝ ਗਲੋਬਲ ਫਾਊਂਡੇਸ਼ਨ ਪਾਤੜਾਂ ਵੱਲੋਂ ਇੱਕ ਕੈਂਪ ਰੱਖਿਆ ਗਿਆ ਸੀ ਜਿਸ ਵਿੱਚ ਕਰੀਬ 60 ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਗਏ ਅਤੇ ਔਰਤਾਂ ਨੂੰ ਪਰਸਨਲ ਹਾਈਜੀਨ ਮਹਾਵਾਰੀ ਬਾਰੇ ਅਤੇ ਇਸ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।